ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਔਰਤਾਂ ਦੇ ਮੁਫਤ ਬੱਸ ਸਫ਼ਰ ਨਾਲ ਮੱਠੀ ਵੀ ਟਰਾਂਸਪੋਰਟ ਵਿਭਾਗ ਦੀ ਰਫ਼ਤਾਰ, ਬੱਸਾਂ ਖੜੀਆਂ ਕਰਨ ਨੂੰ ਹੋ ਰਹੇ ਮਜਬੂਰ। ਤਾਜ਼ਾ ਵੱਡੀ ਖਬਰ, ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ, ਅਤੇ ਵੀਡੀਓ ਨੂੰ ਅੱਤ ਤੋਂ ਵਾਲਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ। ਔਰਤਾਂ ਦੇ ਮੁਫਤ ਬੱਸ ਸਫ਼ਰ ਦਾ ਬੋਝ ਪੰਜਾਬ ਟਰਾਂਸਪੋਰਟ ਵਿਭਾਗ ਲਈ ਸਭ ਤੋਂ ਭਾਰੀ ਸਾਬਤ ਹੋ ਰਿਹਾ ਹੈ। ਵੱਖ ਵੱਖ ਵਰਗਾਂ ਨੂੰ ਦਿੱਤੀ ਜਾ ਰਹੀ ਮੁਫਤ ਬੱਸ ਸਹੂਲਤ ਦੇ ਤਹਿਤ PRTC ਨੇ ਪੰਜਾਬ ਸਰਕਾਰ ਤੋਂ 190 ਕਰੋੜ ਰੁਪਏ ਤੋਂ ਵੱਧ ਰਾਸ਼ੀ ਲੈਣੀ ਹੈ। ਇਹਨਾਂ ਸਿਰਫ ਔਰਤਾਂ ਨੂੰ ਦਿੱਤੀ ਜਾ ਰਹੀ ਮੁਫਤ ਬੱਸ ਸਹੂਲਤ ਦੀ ਰਕਮ 84 ਕਰੋੜ ਤੋਂ ਵੱਧ ਹੈ, ਜਦਕਿ ਪੰਜਾਬ ਰੋਡਵੇਜ਼ ਅਤੇ ਪਨ ਬੱਸ ਨੇ ਸਰਕਾਰ ਤੋਂ 300 ਕਰੋੜ ਰੁਪਏ ਮੁਫਤ ਬੱਸ ਸੇਵਾਵਾਂ ਲੈਣ ਲਈਆਂ ਹਨ, ਜਿਨ੍ਹਾਂ 'ਚ ਔਰਤਾਂ ਨੂੰ ਮੁਫਤ ਬੱਸ ਸੇਵਾਵਾਂ ਦੇ 114 ਕਰੋੜ ਹਨ। ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਰਕਮ ਨਾ ਦੇਣ ਨਾਲ ਬੱਸ ਮੁਲਾਜ਼ਮਾਂ ਨੂੰ ਤਨਖਾਹ ਦੇਣ ਦੇ ਲਾਲੇ ਪਏ ਨੇ, ਜਦਕਿ ਨਵੀਆਂ ਬੱਸਾਂ ਦੀ ਹੋਣ ਵਾਲੀ ਬੀ ਸਰਵਿਸ ਵੀ ਨਾ ਹੋਣ ਕਾਰਨ ਬੱਸਾਂ ਰੁਕੀਆਂ ਨੇ। ਜੀ ਹਾਂ, ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਅਤੇ ਪਨ ਬੱਸ ਨੇ ਸਰਕਾਰ ਤੋਂ 300 ਕਰੋੜ ਰੁਪਏ ਮੁਫਤ ਬੱਸ ਸੇਵਾਵਾਂ ਲੈਣੀਆਂ ਨੇ, ਜਿਸ 'ਚ ਔਰਤਾਂ ਨੂੰ ਮੁਫਤ ਬੱਸ ਸੇਵਾਵਾਂ ਦੇਣ ਦੇ 114 ਕਰੋੜ ਰੁਪਏ ਸ਼ਾਮਲ ਨੇ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।